ਜੀ ਭਰਾਵੋ ਬਾਈ, ਆਹ ਜਿਹੜਾ ਤੁਸੀਂ ਝੋਨਾ ਦੇਖ ਰਹੇ ਹੋ ਨਾ ਤੁਹਾਡੇ ਸਾਹਮਣੇ ਬਾਈ ਜੀ, ਇਹ ਬਿਲਕੁਲ ਇੱਕ ਨਵੀਂ ਕਿਸਮ ਆ ਗਈ ਜਿਹਦੇ ਬਾਰੇ ਬਹੁਤ ਥੋੜੇ ਕਿਸਾਨ ਵੀਰਾਂ ਨੂੰ ਪਤਾ, ਤੇ ਇਹਨੂੰ ਤੁਸੀਂ ਐਂ ਲਾ ਲਓ ਵੀ ਸਿੱਧੀ ਇਹਦੀ ਬਿਜਾਈ ਕੀਤੀ ਗਈ ਹੈ, ਤੇ ਇਸ ਟਾਈਮ ਇਹ ਸਾਰਾ 95-1 ਦਿਨਾਂ ਦਾ ਜਾਂ 97-98 ਦਿਨਾਂ ਦਾ ਗਾ, ਤੇ ਸਾਰਾ ਦੇਖੋ ਨਿਸਰਿਆ ਖੜਾ, ਕੋਈ ਇਹਨੂੰ ਸਮੱਸਿਆ ਨਹੀਂ ਹੈਗੀ। ਤੇ ਇਹ ਕਿਹੜਾ ਸੀਡ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਕਰਦੇ ਹਾਂ। ਆਪਣੇ ਨਾਲ ਪੰਜਾਬ ਦਾ ਉੱਘਾ ਕਿਸਾਨ ਵੀਰ ਖੜਾ ਗਾ ਬਾਈ ਨਿਰਮਲ ਸਿੰਘ ਦੁਲਟ ਲੌਂਗੋਵਾਲੀਆ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ ਸੁਖੀ। ਹੋ ਠੀਕ ਆ ਬਾਈ, ਚੜ੍ਹਦੀ ਕਲਾ। ਸਾਰੇ ਕਿਸਾਨ ਭਰਾਵਾਂ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ, ਤੇ ਆ ਜਾ ਬਾਈ ਮਾੜਾ ਜਿਹਾ ਵੈਰਾਇਟੀ ਬਾਰੇ ਆਪਾਂ ਕਰੀਏ ਗੱਲਬਾਤ ਵੀ ਕੀ ਉਹ ਆ। ਨਿਰਮਲ ਬਾਈ, ਜਿਵੇਂ ਤੁਸੀਂ ਨਵੇਂ ਨਵੇਂ ਤਜਰਬੇ ਕਰਦੇ ਰਹਿੰਦੇ ਹੋ ਹਨਾ, ਤੇ ਇਹ ਵੈਰਾਇਟੀ ਬਾਰੇ ਬਾਈ ਮੈਨੂੰ ਚਾਨਣਾ ਪਾ ਵੀ ਕਿਹੜੀ ਵੈਰਾਇਟੀ ਆ ਵੱਡੇ ਭਾਈ ਇਹ? ਬਾਈ ਇਹ ਵੈਰਾਇਟੀ ਹੈਗੀ ਆ 1985 PV 1985, ਯਾਨੀ ਕਿ ਆਪਣੀ ਯੂਨੀਵਰਸਿਟੀ ਦੀ ਹੈ। ਨਹੀਂ, ਪੀਵੀ ਦਾ ਮਤਲਬ ਹੁੰਦਾ ਗਾ ਪੂਸ਼ਾ ਬਾਂਸਪਤੀ। ਪੂਸ਼ਾ ਬਾਂਸਪਤੀ, ਠੀਕ ਹੈ। ਪੂਸ਼ਾ ਬਾਂਸਪਤੀ ਵੀ ਹੈ ਇਹ, ਠੀਕ ਹੈ। 1509 ਦੀ ਸੋਧ ਆ, ਠੀਕ ਹੈ। ਲੇਕਿਨ ਇਹਦਾ ਇਹ ਸਿੱਧੀ ਬਿਜਾਈ ਨੂੰ ਰਿਕਮੈਂਡ ਕਰਿਆ ਉਹਨੇ। ਅੱਛਾ, ਜਿਵੇਂ ਆਪਣੇ ਸਮੱਸਿਆ ਆ ਜਾਂਦੀ ਹੈ ਵੀ ਆਪਾਂ ਸਿੱਧੀ ਬੀਜਤੀ ਵਿੱਚ ਚੋਭਾ ਹਰਾ ਹੋ ਗਿਆ ਜਾਂ 26 ਹੋ ਗਈ ਜਾਂ 19 ਹੋ ਗਈ, ਹਨਾ, ਇਹਨੂੰ ਜਦੋਂ ਆਪਾਂ ਸਿੱਧੀ ਬਿਜਾਈ ਕਰਤੀ ਤੇ ਉਦੋਂ ਬਾਅਦ ਇਹਦੇ ਉੱਤੇ ਇੱਕ ਸਪਰੇਅ ਆਉਂਦੀ ਆ, ਪਰਸ਼ੂਟ ਸਾਰੇ ਨਦੀਨ ਮਾਰ ਦਿੰਦੀ ਆ ਉਹ, ਠੀਕ ਹੈ। ਸਾਰੇ ਜਿਹੜੇ ਦੇ ਵਿੱਚ ਝੋਨੇ ਨੇ ਉਹ ਵੀ ਮਾਰ ਦਿੰਦੀ ਆ। ਅੱਛਾ, ਇਹ ਬਸ ਕੱਲੀ ਇਹੀ ਬਚਦੀ ਆ। ਮੰਨ ਲਾ ਆਪਾਂ ਕਹੀਏ ਵੀ ਸਿਲੈਕਟਿਵ ਹਰਬੀਸਾਈਡ ਹੈ, ਹਨਾ, ਵੀ ਸਾਰਿਆਂ ਨੂੰ ਚੁਣ ਚੁਣ ਕੇ ਮਾਰ ਦਿੰਦੀ ਹੈਗੀ ਤੇ ਕੱਲਾ ਇਹਨੂੰ ਛੱਡ ਦਿੰਦੀ ਹੈ, ਕੱਲਾ ਇਹ ਬਚ ਰਹਿੰਦਾ ਬਾਈ। ਠੀਕ ਹੈ, ਕਮਾਲ ਦੀ ਗੱਲ ਆ ਬਾਈ। ਘੱਟ ਦਿਨਾਂ ਦੀ ਇਹ ਵਰਾਇਟੀ ਆ ਅੱਜ ਤੱਕ ਜਿੰਨੇ ਸੀਡ ਆਏ ਨੇ, ਪ੍ਰਾਈਵੇਟ ਆਏ ਨੇ ਜਾਂ ਸਰਕਾਰੀ ਆਏ ਨੇ, ਸਾਰਿਆਂ ਨੂੰ ਘੱਟ ਟਾਈਮ ਦੀ ਵਰਾਇਟੀ ਹੈ ਇਹ। ਇਹ ਮੰਨ ਲਾ ਆਪਣਾ 6 ਤਰੀਕ ਨੂੰ ਇਹਨੂੰ ਪਾਣੀ ਲੱਗਿਆ ਹੋਇਆ, 6 ਜੂਨ ਨੂੰ, ਠੀਕ ਹੈ। ਅੱਜ 10 ਹੋ ਗਈ, ਅੱਜ 100 ਦਿਨ ਦੀ ਲਾ ਲਾ, 100 ਦਿਨ ਤਾਜ਼ਾ ਲਾ ਲਾ ਵੀ 6 ਨੂੰ ਅਸੀਂ 4 ਨੂੰ ਬੀਜੀ ਆ, ਫਿਰ ਹੌਲੀ ਹੌਲੀ ਉਦੋਂ ਲਾਈਟ ਘੱਟ ਆਉਂਦੀ ਹੁੰਦੀ ਆ, ਆਪਾਂ ਬੀਜਿਆ ਤੈਨੂੰ ਉਦੋਂ ਮੰਨਾਂਗੇ ਜਦੋਂ ਪਾਣੀ ਲੱਗ ਗਿਆ, ਜਦੋਂ ਪਾਣੀ ਲੱਗ ਗਿਆ। ਹਾਂ ਬਿਲਕੁਲ, ਮੰਨ ਕੇ ਚੱਲੋ ਵੀ ਆਪਣੀ 110 ਦਿਨ ਚ ਵੱਢੀ ਜਾਊ ਬਾਈ। ਹਾਂ, ਤੂੰ ਆ ਦੇਖ ਲੈ ਕਿੰਨੀ ਦਾਣੇ ਪੱਕ ਕੇ ਜਾਵਾਂ। ਬਿਲਕੁਲ ਬਾਈ ਬਿਲਕੁਲ। ਤੇ ਬਾਈ ਇਹ ਵੈਰਾਇਟੀ ਬਾਰੇ ਫਿਰ ਤੁਸੀਂ ਕਿਵੇਂ ਪਤਾ ਲੱਗਿਆ, ਜਿਵੇਂ ਆਪਾਂ ਕਈ ਵਾਰ ਨਵੀਂ ਵੈਰਾਇਟੀ ਦੇ ਆਪਾਂ ਨਹੀਂ ਦੇਖਦੇ? ਇਹਦੇ ਬਾਰੇ ਬਾਈ ਬੜੀ ਇੰਟਰਸਟ ਕਹਾਣੀ ਆ ਯਾਰ। ਅੱਛਾ, ਕੈਮਰੇ ਤੇ ਪੁੱਛ ਲਈ, ਮੈਨੂੰ ਦੱਸਣੀ ਪਊਗੀ। ਅੱਛਾ, ਇਹ ਅਸੀਂ ਜਦੋਂ ਕਿਤੇ ਕਿਸਾਨ ਗੋਸ਼ਟੀ ਸੀ, ਹਾਂ, ਪੰਜਾਬ ਤੋਂ ਬਾਹਰ ਅਸੀਂ ਉੱਥੇ ਖੜੇ। ਅੱਛਾ, ਉੱਥੇ ਉਹ ਮੈਡਮ ਇਹਦੇ ਬਾਰੇ ਦੱਸ ਰਹੀ ਸੀ, ਇਹਦੇ ਗੁਣਾਂ ਬਾਰੇ। ਅੱਛਾ, ਵੀ ਇਹ ਬਾਂਸਪਤੀ ਵੈਰਾਇਟੀ ਆ, ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਘਟ ਗਿਆ ਤਾਂ ਇਹ ਮਤਲਬ ਕਿ ਥੋੜੇ ਪਾਣੀ ਤੇ ਵੈਰਾਇਟੀ ਹੋਊਗੀ, ਸਿੱਧੀ ਬਿਜਾਈ ਦੀ ਆ, ਇਹਦੇ ਵਿੱਚ ਆਹ ਗੁਣ ਨੇ ਵੀ ਸਪਰੇਅ ਹੋ ਜਾ ਕਰੂ। ਅੱਛਾ, ਮੈਂ ਬਾਈ ਉਹ ਹਫ਼ਤੇ ਐ ਦਾਣੇ ਧਰ ਲਏ। ਅੱਛਾ, ਉਹ ਸਮਝਾਈ ਗਈ, ਮੈਂ ਹਫ਼ਤੇ ਦਾਣੇ ਧਰ ਕੇ ਐ ਗੀਜੇ ਚ ਪਾ ਲਏ। ਅੱਛਾ, ਫਿਰ ਇਹਦੇ ਨਾਲ ਦੀ ਇੱਕ ਵੈਰਾਇਟੀ ਹੋਰ ਆ ਗਈ, ਉਹ 11-21 ਦਾ ਬਦਲ ਆ, 1979। ਅੱਛਾ ਬਾਈ, ਫਿਰ ਉਹਦੇ ਬਾਰੇ ਦੱਸਣ ਲੱਗੀ, ਉਹ ਮੈਂ ਚੱਕ ਕੇ ਗੀਜਾਂ 'ਚ ਪਾ ਲਿਆ, ਮੈਂ ਦੋਨੇ ਭੁੱਲ ਗਿਆ, ਦੋਨਾਂ ਦੇ ਨਾਂ ਭੁੱਲ ਗਿਆ। ਅੱਛਾ, ਭੁੱਲੇ ਬਾਈ ਉਹ 20-25 ਦਾਣੇ ਮੇਰੇ ਗੀਜੇ 'ਚ, ਮੈਂ ਆ ਕੇ ਵੀਰੇ ਉਹ ਦਾਣੇ ਲਿਫਾਫਿਆਂ 'ਚ ਅੱਡੋਡੀ ਪਾ ਕੇ, ਮੈਂ ਖੇਤ ਛੋਟਾ ਜਿਹਾ ਪ੍ਰਦਰਸ਼ਨੀ ਪਲਾਟ ਲਾ ਲਿਆ, ਵੱਟਾਂ ਪਾ ਕੇ ਇੱਕ ਪਾਸੇ ਦਾਣੇ ਲਾ ਤੇ। ਅੱਛਾ, 50-50 ਬੂਟੇ ਹੋ ਗਏ ਬਾਈ ਅੰਦਾਜ਼ਾ ਸਾਡੇ, ਠੀਕ ਹੈ। ਜਦੋਂ ਉਹ 25-1 ਦਿਨ ਦੀ ਹੋ ਗਈ, ਫਿਰ ਅਸੀਂ ਉਹ 50 ਬੂਟਿਆਂ ਨੂੰ ਪਾੜ ਪਾੜ ਲਾਤਾ ਅੱਗੇ ਪੱਟਾਂ ਦੇ ਦੂਜੇ ਪਾਸੇ, 150-150 ਬੂਟਾ ਕਰ ਲਿਆ। ਬਿਲਕੁਲ, 150-150 ਬੂਟੇ ਨਾਲ ਬਾਈ ਮੇਰੇ ਕੋਲ 15-15 ਕਿੱਲੋ ਸੀਡ ਹੋ ਗਿਆ। ਇਹ 3 ਕਿੱਲੇ ਲਾਏ ਨੇ 1979 ਦੇ, ਉਹਦੇ ਲਾਏ ਨੇ ਆਪਾਂ 2 ਕਿੱਲੇ, ਠੀਕ ਹੈ ਬਾਈ। ਜਾਣੀ ਆਪਾਂ ਕਹਿ ਲਈਏ ਬਾਈ ਵੀ ਹਜੇ ਆਮ ਕਿਸਾਨਾਂ ਕੋਲ ਤਾਂ ਫਿਰ ਇਹ ਬੀਜ ਆਇਆ ਨੀ ਹੈਗਾ ਬਾਈ, ਇਸ ਵਾਰ ਹੁਣ ਜਿਹੜੇ ਪ੍ਰੋਡਿਊਸਰ ਨੇ ਗੇ, ਹਾਂ,
ਜਿਹੜੇ ਸੀਡ ਫਾਰਮ ਵਾਲੇ ਨੇ ਉਹਨਾਂ ਕੋਲੇ ਸਾਰਿਆਂ ਕੋਲੇ ਲਾਇਆ ਜਿਨ੍ਹਾਂ ਨੇ MOU ਕਰਿਆ ਗਾ ਉਹਨਾਂ ਕੋਲੇ ਲੱਗਿਆ ਹੋਇਆ। ਅੱਛਾ, ਜਾਂ ਜਿਵੇਂ ਤੁਹਾਡੇ ਕੋਲੇ ਆ ਬਾਈ, ਫਿਰ ਜੇ ਤੁਸੀਂ ਐਤਕੀ ਇਹਦਾ ਸੀਡ ਸੇਲ ਕਰਨਾ ਹੋਇਆ, ਵੇਚਣਾ ਹੋਇਆ, ਹਨਾ ਬਾਈ? ਵੈਸੇ ਦੇਖੋ ਆਪਣੇ ਕੋਲੇ ਇੰਨਾ ਵੱਡਾ ਤਾਂ ਸਟਾਕ ਆਪਾਂ ਰੱਖ ਨਹੀਂ ਸਕਦੇ, ਛੋਟੇ ਕਿਸਾਨ ਆ ਹਨਾ, ਸਟਾਕ ਸਟੂਕ, ਪਰ ਲੇਕਿਨ ਆਪਾਂ 10-20-30 ਕੁਇੰਟਲ ਮਾਲ ਇਹਦਾ ਰੱਖਾਂਗੇ। ਠੀਕ ਹੈ ਵੀ, ਜਿੰਨਾ ਕੁ ਤੁਹਾਡੇ ਟੱਚ ਦੇ ਫਾਰਮਰ ਆਪਣੀ ਜੇਬ ਨੇ ਝੱਲ ਲਿਆ ਉਹਨਾਂ ਕੁ ਰੱਖ ਲਾਂਗੇ, ਬੜਾ ਤਾਂ ਆਪਾਂ ਰੱਖ ਹੀ ਨਹੀਂ ਸਕਦੇ। ਠੀਕ ਹੈ ਵੀ, ਜਾਂ ਜਿਵੇਂ ਹੁਣ ਆਪਣੀ ਵੀਡੀਓ ਦੇਖਣ ਤੋਂ ਬਾਅਦ ਜਿਵੇਂ ਤੁਸੀਂ ਲਾ ਲਓ ਵੀ ਝਾੜ ਵਗੈਰਾ ਦਾ ਤੁਸੀਂ ਕੀ ਉਹਦੇ ਬਾਰੇ ਵੀ ਦੱਸੋ ਵੀ ਉਹਨੇ ਕੁ, ਤੁਸੀਂ ਕਿਹਾ ਵੀ 15 ਕਿਲੋ ਨਿਕਲਿਆ ਹਨਾ, ਤੇ ਝਾੜ ਵਗੈਰਾ ਦਾ ਕੀ ਦੱਸਿਆ ਸੀ ਉਦੋਂ ਫਿਰ ਮੈਡਮ ਨੇ? ਝਾੜ ਮੈਡਮ ਨੇ ਦੱਸਿਆ ਸੀ ਵੀ 15-18 ਕੁਇੰਟਲ ਸਾਡੀ ਜਿਹੜੀ ਔਸਤ ਝਾੜ ਆ। ਹਾਂ, ਲੇਕਿਨ ਜਿਹੜੇ ਕਿਸਾਨ ਹੁੰਦੇ ਨੇ ਜੇ ਉਹਨਾਂ ਨੇ 15-18 ਦੱਸਿਆ, ਕਿਸਾਨ ਇਹਨੂੰ 20-25 ਤੱਕ ਲੈ ਜੂ। ਸਹੀ ਗੱਲ ਹੈ, ਉਹਨਾਂ ਨੇ ਤਾਂ ਸਾਰਾ ਡਾਟਾ ਪੂਰਾ ਕਰਕੇ ਘਟਾ ਕੇ ਲਿਖਣਾ ਹੁੰਦਾ। ਸਹੀ ਗੱਲ, ਪ੍ਰਾਈਵੇਟ ਪ੍ਰੋਡਿਊਸਰ ਹੁੰਦੇ ਨੇ ਹਨਾ, ਉਹਨਾਂ ਨੇ ਵਧਾ ਕੇ ਦੱਸਣਾ ਵਧੂਗਾ, ਜਿਹੜਾ ਸਰਕਾਰੀ ਡਾਟਾ ਹੁੰਦਾ ਉਹਨੇ ਘਟਾ ਕੇ ਦੱਸਣਾ ਹੁੰਦਾ। ਹਾਂ ਸਹੀ ਗੱਲ ਹੈ, ਬਿਲਕੁਲ ਜੀ। ਲੱਗਦਾ ਯਾਰ ਇਹਦੇ ਵਿੱਚ ਤੈਨੂੰ ਦੇਖਣ ਨੂੰ ਲੱਗਦੀ ਹੋ, ਤੂੰ ਕੈਮਰਾ ਮਾਰ ਦੇ, ਜ਼ੂਮ ਕਰ ਦੇ ਵੀ ਯਾਰ 20-22 ਕੁਇੰਟਲ ਦਾ ਮਾਲ ਹੈਗਾ ਆਰਾਮ ਨਾਲ ਬਾਈ। ਬਿਲਕੁਲ, 1509 ਤੇ ਮੈਂ ਤਾਂ ਕਹਿੰਦਾ ਵੀ ਜੇਕਰ ਕਿਸੇ ਵੀ ਵੀਰ ਨੇ ਬੀਜ ਵਗੈਰਾ ਵੀ ਪਹਿਲਾਂ ਬੁੱਕ ਕਰਾਉਣਾ ਨਾ, ਤਾਂ ਬਾਈ ਨੂੰ ਤੁਸੀਂ ਐਡਵਾਂਸ ਪੇਮੈਂਟ ਦੇ ਕੇ ਵੀ ਕਰਵਾ ਸਕਦੇ ਹੋ। ਸਭ ਤੋਂ ਵੱਡੀ ਗੱਲ ਕੀ ਆ ਵੀ ਬਾਈ ਵੀਰ ਜਾਇਜ਼ ਰੇਟ ਦੇ ਉੱਪਰ ਬੀਜ ਦਿੰਦਾ ਗਾ, ਜਿਵੇਂ ਪਿਛਲੀ ਵਾਰ 826 ਦਾ ਕਣਕ ਦਾ ਹੋਇਆ ਸੀ ਬਾਈ, ਹਨਾ, ਲੋਕਾਂ ਨੇ ਕਿਸੇ ਨੇ ਕੁਛ ਸੈੱਲ ਲਾਤੀ, ਕਿਸੇ ਨੇ ਕੁਛ ਲਾਤੀ, ਤੁਸੀਂ ਬਾਈ ਜਿਹੜਾ ਆਪਦਾ ਰੇਟ ਰੱਖ ਲਿਆ ਵੀ ਯਾਰ ਆਪਾਂ ਤਾਂ ਆਹ ਰੇਟ ਦੇਣਾ। ਸਰਕਾਰੀ ਰੇਟ ਵਾਂਗੂ ਵੇਚੀ ਦੀ ਆਪਣੇ ਕੋਲੇ ਬਹੁਤੀ ਨਹੀਂ ਸੀ, ਉਹ ਵੀ ਆਪਣੇ ਕੋਲੇ 40 ਕੁਇੰਟਲ ਮਾਲ ਹੀ ਸੀ। ਹਾਂ, ਜਿੰਨੇ ਬੰਦੇ ਵੀ ਲੈ ਕੇ ਗਏ ਨੇ ਮੈਨੂੰ ਇੱਕ ਨੇ ਵੀ ਨਹੀਂ ਲਾਂਭਾ ਦਿੱਤਾ। ਮੇਰੇ ਕੋਲੇ ਇਹੋ ਜਿਹੇ ਵੀ ਬੰਦਿਆਂ ਨੇ ਮੈਨੂੰ ਫੋਨ ਕਰਿਆ, ਕਹਿੰਦੇ ਬਾਈ ਸਾਡੇ 75 ਮਣ ਕਿੱਲੇ ਦੀ। ਠੀਕ ਹੈ, ਉਹ ਫਿਰ ਖੁਸ਼ੀ ਹੁੰਦੀ ਆ ਹਨਾ। ਬਿਲਕੁਲ, ਜੇ ਆਪਾਂ ਚੀਜ਼ ਵੇਚਦੇ ਮਗਰੋਂ ਅਗਲਾ ਠੱਗੀ ਮਾਰ ਗਿਆ ਯਾਰ, ਉਹਦਾ ਗੱਲ ਦਾ ਸਵਾਲ। ਸਹੀ ਗੱਲ ਆ ਬਾਈ, ਸਹੀ ਗੱਲ। ਕਿਉਂ ਆਪਾਂ ਛੋਟੇ ਕਿਸਾਨ ਆ, ਥੋੜਾ ਸਟਾਕ ਨਹੀਂ ਰੱਖ ਸਕਦੇ ਵੱਡੇ ਪੱਧਰ ਦਾ ਆਪਾਂ। ਬਿਲਕੁਲ ਬਾਈ, ਬਿਲਕੁਲ, ਤੇ ਨਾ ਹੀ ਆਪਣੀ ਜੇਬ ਬਜਟ ਉਡਾ ਹੋਣਾਗਾ। ਸਹੀ ਗੱਲ ਆ ਬਾਈ, ਤੇ ਬਾਈ ਇਹਦੇ ਥੱਲੇ ਮਤਲਬ ਬਿਮਾਰੀ ਬਮੂਰੀ ਦਾ ਵੀ ਨਹੀਂ ਕੋਈ ਉਹ, ਹਨਾ? ਤੂੰ ਵੀਰੇ ਜੇ ਮੰਨੀ ਕੁਛ ਤਾਂ ਮੌਸਮ ਨੇ ਸਾਥ ਦਿੱਤਾਗਾ। ਹਾਂਜੀ ਬਾਈ, ਕੁਛ ਇਹਦੇ ਵਿੱਚ ਕੀਟਨਾਸ਼ਕ ਕੋਈ ਫੰਗੀ ਨਾਸ਼ਕ ਦੀ ਸਪਰੇਅ ਨਹੀਂ ਕਰੀ ਅਸੀਂ, ਸਿਰਫ ਜਿਹੜੀਆਂ ਸਪਰੇਅ ਦੇ ਉੱਤੇ ਕਰੀ ਆ 13-045 ਬੋਰਨ ਤੇ ਜਿੰਕ। ਠੀਕ ਹੈ ਵੀ, ਤਾਕਤ ਦਿੱਤੀ ਆ, ਤਾਕਤ ਦਿੱਤੀ ਆ। ਹਾਂ ਵੀ ਬੋਰਨ ਦਾ ਵੀ ਐ ਹੁੰਦਾ ਵੀ ਜਿਵੇਂ ਸਾਈਜ਼ ਵਗੈਰਾ ਗਏ ਵਧੀਆ ਹੋ ਜਾਊਗਾ, ਹਨਾ? ਚੱਕਰ ਪਤਾ ਕੀ ਆ, ਹੁਣ ਬਹੁਤੇ ਬੰਦੇ ਸਾਡੇ ਕੋਲ ਦੀ ਲੰਘਦੇ ਹੁੰਦੇ ਨੇ, ਬਾਈ ਤੂੰ ਤਾਂ ਵੀਡੀਓ ਚ ਕਹਿਣਾ ਅਸੀਂ ਸਪਰੇਅ ਨਹੀਂ ਕਰੀ, ਕਰੀ ਦਾ ਜਾਣਾ ਨਾ ਤਾਂ ਸਾਡਾ ਮਟੀਰੀਅਲ ਦੇਖੇ ਕੋਈ, ਅਗਲਾ ਕਹਿੰਦਾ ਢੋਲਾ ਚੱਕ। ਆਹੋ ਹਾਂ, ਸਾਡਾ ਮਤਲਬ ਵੀ 13-045 ਦੀਆਂ ਭਗੋਲੇ ਤੇ 2 ਸਪਰੇਹਾਂ ਮਾਰ ਹੀ ਦਿੰਦੇ ਆ। ਬਿਲਕੁਲ ਬਾਈ, ਬਿਲਕੁਲ, ਹਾਂ ਉਹ ਚੀਜ਼ ਠੀਕ ਆ ਬਾਈ। ਤੇ ਬਾਈ ਇਹਦੀ ਬੋਰਨ ਵਿੱਚ ਬਾਈ ਟੇਲਰਿੰਗ ਗਿਣਿਓ ਮਾੜਾ ਜਿਹਾ ਵੀ ਕੀ ਹਿਸਾਬ, ਜਿਵੇਂ ਆਹ ਬੂਟਾ ਹੈਗਾ ਹਨਾ, ਤੇ ਇਹਦਾ ਵੀ ਚੱਕ 2-3-4-5-6-7-8-9-10-11-12-13-14-15-16-17-18-19-20-21-22-23 ਫਿਰ ਵੀ ਆਹ ਤੁਸੀਂ ਐਂ ਲਾ ਲਓ ਬਾਈ ਇਹ ਕਮਜ਼ੋਰ ਆ ਬੂਟਾ ਹੈਗਾ, ਜੇ ਕਿਤੇ ਆਹ ਬੂਟੇ ਨੂੰ ਛੇੜਨਾ ਹੁੰਦਾ ਹਨਾ, ਜਾਂ ਉਹ ਬੂਟੇ ਨੂੰ ਛੇੜਨਾ ਹੁੰਦਾ। ਬਿਲਕੁਲ ਬਾਈ, ਤੇ ਬਾਕੀ ਬਾਈ ਜਿਵੇਂ ਵੈਰਾਈਟੀ ਦੇਖਦੇ ਆ ਦੇ ਵਿੱਚ ਜਿਹੜੀ ਇਹਦੀ ਗਰੋਥ ਹੁੰਦੀ ਹੈ ਨਾ, ਹਾਂ ਵੀ ਜ਼ਿਆਦਾ ਸੀਡ ਕਰਕੇ ਇਹ 15-20 ਦਾਣੇ ਆ ਬੂਟੇ ਸਰਖਾਵਾਂ ਹੀ ਹੁੰਦੀਆਂ ਨੇ, ਮਤਲਬ ਇਹ ਜ਼ਿਆਦਾ ਨਹੀਂ ਮਾਰਦਾ ਹੁੰਦਾ। ਠੀਕ ਆ ਬਾਈ, ਠੀਕ ਆ, ਗਿਣਤੀ ਬੱਲੀਆਂ ਦੀ ਉਹਦੇ ਨਾਲੋਂ ਕੱਦੂ ਕਰੀ ਵਾਲੇ ਨੂੰ ਜ਼ਿਆਦਾ ਹੁੰਦੀ ਹੈਗੀ। ਠੀਕ ਹੈ, ਬਾਕੀ ਬਾਈ ਉਹ ਵੀ ਦੇਖੀਏ ਤਾਂ ਪੂਰਾ ਵਧੀਆ ਲੱਗਦਾ ਹਨਾ, ਬਹੁਤ ਜ਼ਿਆਦਾ ਨਿਖਾਰ ਹੈਗਾ ਵੀ ਯਾਰ ਆਰਗੈਨਿਕ ਹਨਾ। ਹਾਂ, ਇਹ ਮੰਨ ਕੇ ਚੱਲ ਵੀ ਇਹ ਸਾਰੀ ਜ਼ਹਿਰ ਤੋਂ ਮੁਕਤ ਹੈਗਾ। ਬਿਲਕੁਲ ਬਾਈ,
ਵੀ ਬਹੁਤ ਸੋਹਣੀ ਲੱਗ ਰਹੀ ਹੈਗੀ। ਤੇ ਨਿਰਮਲ ਬਾਈ ਇੱਕ ਵਾਰੀ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਬਾਈ। ਬਾਈ ਮੋਬਾਈਲ ਨੰਬਰ ਹੈਗਾ ਮੇਰਾ 98096-0-5310। ਠੀਕ ਹੈ ਜੀ। ਤੇ ਲੌਂਗੋਵਾਲ ਦੇ ਵਿੱਚ ਦੁਲਟ ਪੱਤੀ ਜੀ ਘਰ ਆਪਣਾ? ਦੁਲਟ ਪੱਤੀ ਜੀ ਘਰ। ਠੀਕ ਹੈ, ਨਿਰਮਲ ਸਿੰਘ ਦੁਲਟ ਪੁੱਛ ਕੇ ਕੋਈ ਮਰਜ਼ੀ ਬੰਦਾ ਆ ਸਕਦਾ। ਤੇ ਬਾਈ ਦਾ ਜਿਹੜਾ ਖੇਤ ਆ ਇਹ ਲੌਂਗੋਵਾਲ ਤੋਂ ਜਦੋਂ ਲੋਹਾ ਖੇੜੇ ਨੂੰ ਉਹ ਸਾਹਮਣੇ ਰੋਡ ਜਾਂਦਾ, ਜੱਗੀ ਸਰਪੰਚ ਵਾਲਾ ਜਿਹੜਾ ਲੋਹਾ ਖੇੜਾ ਗਾ ਉਹਨੂੰ ਰੋਡ ਜਾਂਦਾ ਗਾ, ਤੇ ਲੌਂਗੋਵਾਲ ਵਾਲੇ ਪਾਸਿਓਂ ਸਾਹਮਣੇ ਸੂਆ ਗਾ, ਸੂਆ ਟੱਪਣ ਸਾਰ ਹਨਾ, ਤੇ ਖੱਬੇ ਹੱਥ ਕਿਹੜੇ ਕੋਠੇ ਵੱਜਦੇ ਹੈਗੇ? ਇਹ ਗੰਡੂਆਂ ਦੇ ਕੋਠੇ ਵੱਜਦੇ ਹੈਗੇ। ਇਹਦੇ ਕੋਲੇ ਬਾਈ ਦਾ ਖੇਤ ਆ ਜਿੱਥੇ ਬਾਈ ਦਾ ਪਲੋਟ ਹੈਗਾ 3 ਕਿੱਲਿਆਂ ਦੇ ਵਿੱਚ। ਤੁਸੀਂ ਆਓਗੇ ਨਿੰਮ ਮੇਰੇ ਮੱਥੇ ਹੀ ਹੋਣਗੇ। ਹਾਂ ਸਹੀ ਗੱਲ ਆ, ਬਾਈ ਵਾਲੀ ਗੱਲ ਵੀ ਨਿੰਮ ਬਾਈ ਵਾਲੇ ਮੱਥੇ ਹੀ ਹੋਣਗੇ ਭਰਾਵੋ, ਹੋਰ ਤੁਹਾਨੂੰ ਕਿਤੇ ਨੀ ਮਿਲਣੇ ਤੁਰ ਤੱਕ। ਸੋ ਠੀਕ ਹੈ ਨਿਰਮਲ ਬਾਈ, ਠੀਕ ਹੈ, ਸਤਿ ਸ਼੍ਰੀ ਅਕਾਲ ਬਾਈ, ਮਿਹਰਬਾਨੀ।